ਕੋਵਿਡ ਕਰਕੇ ਕੀ ਰੈਸਟ੍ਰਿਕਸ਼ਨਾਂ ਨੇ ਕਿਤੇ ਉਹਦੇ ਕਰਕੇ ਤਾਂ ਨਹੀਂ ਤੁਹਾਡਾ ਰਹਿ ਰਿਹਾ ਹੈਗਾ ਕੋਵਿਡ ਕਰਕੇ ਰੈਸਟ੍ਰਿਕਸ਼ਨ ਹੋ ਗਈ ਹੈ ਤਾਂ ਫਿਰ ਨਿਊ ਪਰਸਨ ਤੇ ਵੀ ਹੋਣੀਆਂ ਚਾਹੀਦੀਆਂ 2021 ਵਾਲੀਆਂ ਫਾਈਲਾਂ ਤੇ ਵੀ ਹੋਣੀਆਂ ਚਾਹੀਦੀਆਂ ਉਹ ਤਾਂ ਸਾਰੇ ਜਾ ਰਹੇ ਆ ਉਹਨਾਂ ਦੀ ਲੱਗਰੀਆਂ ਨੇ ਗਿਆ 2021 ਵਾਲੀਆਂ ਫਾਈਲਾਂ ਪਿੱਛੋਂ ਤੋਂ ਲੱਗ ਕੇ ਵੀ ਰਿਜ਼ਲਟ ਦੇ ਰਹੇ ਨੇ ਕਿਸੇ ਨੂੰ ਰეკਮੈਂਡਡ ਇੰਟਰਵਿਊ ਆ ਰਿਹਾ ਕਿਸੇ ਨੂੰ ਕੁਝ ਹੁਣ ਮੇਰੇ ਸਾਨੂੰ ਦੋਨਾਂ ਨੂੰ ਰეკਮੈਂਡਡ ਇੰਟਰਵਿਊ ਆਇਆ ਹੋਇਆ ਤੇ ਅਸੀਂ ਬੈਠੇ ਆ ਦੇਖ ਰਹੇ ਆ ਕਾਫੀ ਜਾਣੇ ਜਿਹੜੇ ਰეკਮੈਂਡਡ ਇੰਟਰਵਿਊ ਆਇਆ ਹੋਇਆ ਕੋਈ ਸਾਨੂੰ ਡੇਟ ਨਹੀਂ ਮਿਲ ਰਹੀ ਕੁਝ ਨਹੀਂ ਮਿਲ ਰਿਹਾ ਅਸੀਂ ਇੰਨੇ ਤੰਗ ਪਰੇਸ਼ਾਨ ਆ ਇੱਕ ਆਪਣੇ ਪਾਰਟਨਰ ਤੋਂ ਅਲੱਗ ਰਹਿਣਾ ਉਹ ਸਾਨੂੰ ਪਤਾ ਵੀ ਕਿੰਨਾ ਮਤਲਬ ਦੁੱਖ ਭਰਿਆ ਹੁੰਦਾ ਹੈ ਸਾਨੂੰ ਪਤਾ ਵੀ ਇਹਨੇ ਕਿਸੇ ਕਈਆਂ ਦੇ ਤਾਂ ਰਿਲੇਸ਼ਨ ਖਰਾਬ ਹੋ ਰਹੇ ਨੇ ਜੋ ਸਾਨੂੰ ਸਮੱਸਿਆ ਆ ਰਹੀਆਂ ਸਾਨੂੰ ਪਤਾ ਇਹ ਕਹਿੰਦੇ ਨੇ ਕਿ ਆਖਰਕਾਰ ਜੇ ਕੋਵਿਡ ਦੀ ਰਿਸਟ੍ਰਿਕਸ਼ਨਾਂ ਹੈਗੀਆਂ ਨੇ ਤਾਂ ਜਿਹੜੇ ਪਹਿਲਾਂ ਵਾਲੇ ਕੇਸ ਨੇਗੇ ਆਖਰ ਉਹਨਾਂ ਦੀ ਕੱਲਿਆਂ ਤੇ ਕਿਉਂ ਨੇ ਇਸ ਵਾਰ ਵਾਲਿਆਂ ਤੇ ਕਿਉਂ ਨਹੀਂ ਹੈਗੇ ਤਾਂ ਇਹੀ ਚੀਜ਼ ਇੱਕ ਦੇਖਣ ਨੂੰ ਮਿਲਦੀ ਆ ਕਿ ਸਾਰੇ ਲੋਕ ਇਹ ਜਿਹੜੇ ਜਿੰਨੇ ਹੈਗੇ ਨੇ ਪਰਿਵਾਰ ਵਾਲੇ ਨੇ ਸਾਡੀ ਤਾਂ ਘਰ ਵਾਲੀ ਵੀ ਡਿਪਰੈਸ਼ਨ 'ਚ ਸਾਨੂੰ ਜ਼ਿਆਦਾ ਸਾਲ ਤੋਂ ਉੱਪਰ ਹੋ ਗਿਆ ਵੇਟ ਕਰਦਿਆਂ ਨੂੰ ਸਾਡਾ ਤਾਂ ਕੋਈ ਪੈਸੇ ਵਾਲਾ ਰੋਲਾ ਵੀ ਨਹੀਂ ਹੈਗਾ ਅਸੀਂ ਤਾਂ ਜਸਟ ਆਪਣੀ ਫੈਮਿਲੀ ਨਾਲ ਇਕੱਠੇ ਹੋਣਾ ਚਾਹੁੰਦੇ ਆ ਸਾਡੀ ਇਮੋਸ਼ਨਲ ਭਾਵਨਾਵਾਂ ਜੁੜੀਆਂ ਹੋਈਆਂ ਸਾਡੇ ਨਾਲ ਤੁਸੀਂ ਕਰਿਆ ਕਦੇ ਕੰਟੈਕਟ ਕਰਿਆ ਇਹਨਾਂ ਨੇ ਕੋਈ ਕਿਉਂਕਿ ਇਹ ਤਾਂ ਦੱਸ ਦਿੰਦੇ ਹੋਣੇ ਵੀ ਕੀ ਜੈਨੂਨ ਤੌਰ ਤੇ ਸਮੱਸਿਆ ਆ ਰਹੀ ਆ ਇਹ ਬਾਈ ਇਹ ਸਿਰਫ ਅੰਬੈਸੀ ਪੈਸੇ ਵਾਲੂ ਹੋਈ ਆ ਸਟੂਡੈਂਟਾਂ ਨੂੰ ਵੀਜ਼ੇ ਦੇ ਰਹੇ ਪਰ ਸਾਡੀ ਫਾਈਲ ਤੇ ਕੋਈ ਕੰਮ ਨਹੀਂ ਕਰ ਰਿਹਾ ਸਤਿ ਸ਼੍ਰੀ ਅਕਾਲ ਜੀ ਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਅੱਜ ਇੱਕ ਵਾਰ ਫਿਰ ਤੋਂ ਕੈਨੇਡਾ ਅੰਬੈਸੀ ਦੇ ਮੂਹਰੇ ਖੜੇ ਆਗੇ ਪਿਛਲੀ ਵਾਰ ਵੀ ਕੁਝ ਨੌਜਵਾਨਾਂ ਨੇ ਪ੍ਰੋਟੈਸਟ ਕਰਿਆ ਸੀਗਾ ਅੰਬੈਸੀ ਦੇ ਅੱਗੇ ਖੜੇ ਸੀਗੇ ਕਿਉਂਕਿ ਉਹਨਾਂ ਦਾ ਕਹਿਣਾ ਸੀ ਕਹਿੰਦੇ ਅਸੀਂ 15-15 ਲੱਖ ਰੁਪਿਆ ਵੀ ਲਾਤਾ ਪਰ ਸਾਡੇ ਵੀਜ਼ੇ ਨਹੀਂ ਗਏ ਤੇ ਹੁਣ ਫਿਰ ਇੱਕ ਵਾਰੀ ਤੁਸੀਂ ਦੇਖੋ ਕਿ ਅੱਜ ਫਿਰ ਇਹ ਤਸਵੀਰਾਂ ਦੇਖਣ ਨੂੰ ਮਿਲ ਰਹੀਆਂ ਨੇ ਕਿ ਕੋਈ ਨੌਜਵਾਨ ਆਏ ਨੇ ਬਾਕੀ ਇਹਨਾਂ ਨਾਲ ਗੱਲ ਕਰਾਂਗੇ ਆਖਿਰ ਮਸਲਾ ਕੀ ਹੈਗਾ ਪਰ ਇੰਨਾ ਜ਼ਰੂਰ ਹੈ ਕਿ ਇਹਨਾਂ ਨੂੰ ਵੀ ਸ਼ਾਇਦ ਵੀਜ਼ੇ ਨਹੀਂ ਮਿਲੇ ਹੈਗੇ ਤੇ ਇੱਕ ਜਿਹੜੀਆਂ ਉਮੀਦਾਂ ਲੈ ਕੇ ਇਹ ਚੱਲੇ ਸੀ ਤਾਂ ਉਹ ਉਮੀਦਾਂ ਹੁਣ ਪੂਰੀਆਂ ਹੁੰਦੀਆਂ ਹੋਈਆਂ ਨਹੀਂ ਦਿਖ ਰਹੀਆਂ ਅੰਬੈਸੀ ਦੇ ਇੰਡਸਟਰੀ ਏਰੀਆ ਖੜੇ ਆ ਸੈਕਟਰ ਚੰਡੀਗੜ੍ਹ ਦੇ ਅਸੀਂ ਤੇ ਉਸ ਇੰਡਸਟਰੀ ਏਰੀਆ ਦੇ ਲਾਂਤੇ ਮਾਲ ਦੇ ਵਿੱਚ ਜਿਹੜਾ ਕੈਨੇਡਾ ਅੰਬੈਸੀ ਦਾ ਦਫ਼ਤਰ ਆ ਤੇ ਉਹਦੇ ਬਾਹਰ ਇਹ ਸ਼ਾਂਤਮਈ ਢੰਗ ਦੇ ਨਾਲ ਜਿਹੜੇ ਪ੍ਰੋਟੈਸਟ ਕਰ ਰਹੇ ਹੈਗੇ ਨੇਗੇ ਆਪਣੀਆਂ ਗੱਲਾਂ ਨੂੰ ਲਿਖ ਕੇ ਇਹਨਾਂ ਨੇ ਜਿਹੜਾ ਕਿ ਸਾਹਮਣੇ ਰੱਖਿਆ ਤਾਂ ਕਿ ਅਸੀਂ ਆਪਦੀ ਗੱਲ ਹੈ ਜਿਹੜੀ ਪਹੁੰਚਾ ਸਕੀਏ ਕੈਨੇਡਾ ਤੱਕ ਹਾਲਾਂਕਿ ਕਈ ਰਿਸਟ੍ਰਿਕਸ਼ਨਾਂ ਲੱਗੀਆਂ ਹੋਈਆਂ ਨੇ ਕਰੋਨਾ ਕਰਕੇ ਉਹ ਵੀ ਕਈ ਵਾਰ ਆੜੇ ਹੁੰਦੀਆਂ ਨੇ ਪਰ ਇਹਨਾਂ ਨੂੰ ਪੁੱਛ ਲੈਂਦੇ ਆ ਕਿ ਆਖਰ ਇਹ ਉਹ ਰਿਸਟ੍ਰਿਕਸ਼ਨਾਂ ਦੇ ਵਿੱਚ ਆਉਂਦੇ ਨੇ ਜਾਂ ਫਿਰ ਦੂਜੇ ਪਾਸੇ ਦੇਖਿਆ ਜਾਵੇ ਕਿ ਹਜੇ ਵੀ ਕਿਤੇ ਨਾ ਕਿਤੇ ਇਹ ਸਮਝਦੇ ਨੇ ਕਿ ਇਹਨਾਂ ਦੇ ਨਾਲ ਧੱਕਾ ਹੋ ਗਿਆ ਸਾਰੀ ਗੱਲਬਾਤ ਇਹਨਾਂ ਦੇ ਨਾਲ ਕਰਾਂਗੇ ਤੇ ਇਹਨਾਂ ਨੂੰ ਪੁੱਛ ਲੈਂਦੇ ਆ ਕਿ ਆਖਰ ਮਸਲਾ ਹੈਗਾ ਕੀ ਆ ਮੈਡਮ ਇਹ ਸਾਰੇ ਕੇਸ ਪਤਾ ਤਾਂ ਹੈਗੇ ਕਿਹੜੇ ਨੇਗੇ ਜਿਹੜੇ ਤੋਰੇ ਕਿਉਂਕਿ ਕੁਝ ਦਿਨ ਪਹਿਲਾਂ ਹੀ ਪ੍ਰੋਟੈਸਟ ਹੋਇਆ ਸੀ ਉਹਨਾਂ ਦਾ ਮਸਲਾ ਕੁਝ ਹੋਰ ਸੀਗਾ ਇਹ ਸਾਰੇ ਸਪਾਊਸ ਓਪਨ ਵਰਕ ਪਰਮਿਟ ਕੈਟਾਗਰੀ ਦੇ ਪ੍ਰੋਟੈਸਟ ਹੋ ਰਿਹਾ ਹੈ ਇਹ ਸਾਰੇ ਲਾਸਟ ਈਅਰ ਦਾ ਪ੍ਰੋਟੈਸਟ ਹੈ ਜਿਨ੍ਹਾਂ ਦੀਆਂ ਫਾਈਲਾਂ ਫਰਵਰੀ ਮਾਰਚ ਜਨਵਰੀ 2020 ਵਿੱਚ ਲੱਗੀਆਂ ਹੋਈਆਂ ਇਹਨਾਂ ਵਿੱਚੋਂ ਕੋਈ ਵੀ ਇਹੋ ਜਿਹਾ ਨਹੀਂ ਹੈ ਜਿਨ੍ਹਾਂ ਦੀ ਫਾਈਲ 21 ਵਿੱਚ ਲੱਗੀ ਹੋਈ ਹੈ ਸਾਲ ਹੋ ਗਿਆ ਹੈਗਾ ਪਿਛਲੀ ਵਾਰੀ ਕਰੋਨਾ ਤੋਂ ਪਹਿਲਾਂ ਦੀ ਗੱਲ ਆ ਜਾਨੀ ਕਰੋਨਾ ਤੋਂ ਵੀ ਪਹਿਲਾਂ ਦੀ ਫਾਈਲ ਹੈ ਤੇ ਫਿਰ ਹੁਣ ਅਸਲ ਕੀ ਆਬਜੈਕਸ਼ਨਾਂ ਕੀ ਲੱਗੀਆਂ ਨੇ ਆਬਜੈਕਸ਼ਨ ਕਈਆਂ ਦੀ ਰეკਮੈਂਡ ਇੰਟਰਵਿਊ ਆਈ ਹੋਈ ਆ ਕਈਆਂ ਦੀਆਂ ਫਾਈਲ ਹੋਲਡ ਤੇ ਪਾਈਆਂ ਹੋਈਆਂ ਮੇਲ ਵੀ ਕੀਤੀ ਆ ਬੈਸੀ ਨੂੰ ਸਾਨੂੰ ਕੁਝ ਰਿਵਰਟ ਨਹੀਂ ਆਉਂਦਾ ਬਸ ਇਹੀ ਹੁੰਦਾ ਕਿ ਹਰ ਵੇਰ ਡਿਊ ਟੂ ਕੋਵਿਡ ਤੁਹਾਡੀ ਫਾਈਲ ਹੋਲਡ ਤੇ ਆ ਜਾਂ ਫਿਰ ਇੰਟਰਵਿਊ ਇੱਕ ਵਾਰੀ ਲਈ ਆ ਇੰਟਰਵਿਊਜ਼ ਕੋ ਸਟਾਰਟ ਨਹੀਂ ਹੋ ਰਹੀਆਂ ਪਹਿਲਾਂ ਜਿਹੜੇ ਪਿਛਲੀ ਦਿਨੀ ਆਏ ਸੀਗੇ ਉਦੋਂ ਸਟੂਡੈਂਟ ਆਏ ਸੀਗੇ ਖੈਰ ਉਹਨਾਂ ਦਾ ਹੀ ਕਹਿਣਾ ਸੀ ਕਿ ਉਹਨਾਂ ਨੂੰ ਵੀ ਖੈਰ ਸਾਲ ਹੋ ਗਿਆ ਪਰ ਕੋਵਿਡ ਕਰਕੇ ਕੀ ਰਿਸਟ੍ਰਿਕਸ਼ਨਾਂ ਨੇ ਕਿਤੇ ਉਹਦੇ ਕਰਕੇ ਤਾਂ ਨਹੀਂ ਤੁਹਾਡਾ ਰਹਿ ਰਿਹਾ ਹੈਗਾ ਕੋਵਿਡ ਕਰਕੇ ਰਿਸਟ੍ਰਿਕਸ਼ਨ ਹੋ ਗਈ ਆ ਤਾਂ ਫਿਰ ਨਿਊ ਪਰਸਨ ਤੇ ਵੀ ਹੋਣੀਆਂ ਚਾਹੀਦੀਆਂ 2021 ਵਾਲੀਆਂ ਫਾਈਲਾਂ ਤੇ ਵੀ ਹੋਣੀਆਂ ਚਾਹੀਦੀਆਂ ਉਹ ਤਾਂ ਸਾਰੇ ਜਾ ਰਹੇ ਆ ਉਹਨਾਂ ਦੀ ਲੱਗਰੀਆਂ ਨੇ 2021 ਵਾਲੀਆਂ ਫਾਈਲਾਂ ਪਿੱਛੇ ਤੋਂ ਲੱਗ ਕੇ ਵੀ ਰਿਜ਼ਲਟ ਦੇ ਰਹੇ ਨੇ ਪਰ ਫਰਵਰੀ ਮਾਰਚ ਅਪ੍ਰੈਲ ਉਹ ਫਾਈਲਾਂ 2020 ਵਾਲੀਆਂ ਉਹਨਾਂ ਤੇ ਕੋਈ ਵੀ ਸੁਣਵਾਈ ਨਹੀਂ ਆ ਪ੍ਰੋਸੀਜਰ ਤੁਹਾਡਾ ਪੂਰਾ ਹੋ ਚੁੱਕਿਆ ਜਿਹੜਾ ਪ੍ਰੋਸੀਜਰ ਸਭ ਕੁਝ ਪੂਰਾ ਹੋ ਚੁੱਕਿਆ ਸੀ ਸਭ ਕੁਝ ਬਾਇਓਮੈਟ੍ਰਿਕ ਮੈਡੀਕਲ ਸਭ ਕੁਝ ਡਨ ਕਰ ਚੁੱਕੇ ਆ ਤੇ ਫਿਰ ਕਾਰਨ ਬਸ ਕੀ ਹੈ ਕਿ ਜਿਹੜਾ ਕਿ ਕੋਈ ਜਵਾਬ ਨਹੀਂਗਾ ਸਾਨੂੰ ਆਈਆਰਸੀਸੀ ਕੋਈ ਵੀ ਰਿਜ਼ਲਟ ਨਹੀਂ ਦੇ ਰਹੇ ਕੋਈ ਰਿਜ਼ਲਟ ਨਹੀਂ ਦੇ ਰਹੇ ਤੇ ਸਾਰੀ ਦੇਖਿਆ ਜਾਵੇ ਤੁਸੀਂ ਇਕੱਠੀ ਹੋ ਜਾਂ ਅਲੱਗ ਅਲੱਗ ਅਸੀਂ ਸਾਰੇ ਇਕੱਠੇ ਹੀ ਆ ਜੀ ਤੇ ਸਾਡਾ ਮੇਨ ਤਾਂ ਇਹੀ ਹੈ ਵੀ ਸਾਡੇ ਜਿਹੜਾ ਬੈਕਲੌਗ ਆ 2020 ਦਾ ਕਲੀਅਰ ਕੀਤਾ ਜਾਵੇ ਕਿਉਂਕਿ ਮੋਸਟਲੀ 2020 ਦੇ ਜ਼ਿਆਦਾ ਬੈਠੇ ਆ ਜਿੰਨੇ ਵੀ ਸਪਾਊਸ ਵਾਲੇ ਬੈਠੇ ਆ ਕਿਉਂਕਿ 2021 ਵਾਲੇ ਨੇ ਉਹਨਾਂ ਨੂੰ ਮਿਲ ਗਿਆ ਵੀ 2021 ਵਾਲੇ ਜਨਵਰੀ ਫਰਵਰੀ ਜਿੰਨੇ ਫਾਈਲਾਂ ਲੱਗ ਰਹੀਆਂ ਉਹਨਾਂ ਰਿਵਰਟ ਆ ਰਹੇ ਆ ਤੇ ਅਸੀਂ ਜਿਹੜੇ 2020 ਜਨਵਰੀ ਫਰਵਰੀ ਦੇ ਬੈਠੇ ਆ ਜਨਵਰੀ ਫਰਵਰੀ ਦੇ 2020 ਦੇ ਉਹ ਸਾਰੇ ਹਲੇ ਹੋਲਡ ਤੇ ਨੇ ਕਿਸੇ ਨੂੰ ਰეკਮੈਂਡਡ ਇੰਟਰਵਿਊ ਆ ਰਿਹਾ ਕਿਸੇ ਨੂੰ ਕੁਝ ਹੁਣ ਮੇਰੇ ਸਾਨੂੰ ਦੋਨਾਂ ਨੂੰ ਰეკਮੈਂਡਡ ਇੰਟਰਵਿਊ ਆਇਆ ਹੋਇਆ ਤੇ ਅਸੀਂ ਬੈਠੇ ਆ ਦੇਖ ਰਹੇ ਆ ਕਾਫੀ ਜਾਣੇ ਜਿਹੜੇ ਰეკਮੈਂਡਡ ਇੰਟਰਵਿਊ ਆਇਆ ਹੋਇਆ ਕੋਈ ਸਾਨੂੰ ਡੇਟ ਨਹੀਂ ਮਿਲ ਰਹੀ ਕੁਝ ਨਹੀਂ ਮਿਲ ਰਿਹਾ ਅਸੀਂ ਇੰਨੇ ਤੰਗ ਪਰੇਸ਼ਾਨ ਆ ਇੱਕ ਆਪਣੇ ਪਾਰਟਨਰ ਤੋਂ ਅਲੱਗ ਰਹਿਣਾ ਉਹ ਸਾਨੂੰ ਪਤਾ ਵੀ ਕਿੰਨਾ ਮਤਲਬ ਦੁੱਖ ਭਰਿਆ ਹੁੰਦਾ ਹੈ ਸਾਨੂੰ ਪਤਾ ਵੀ ਇਹਨੇ ਕਿਸੇ ਕਈਆਂ ਦੇ ਤਾਂ ਰਿਲੇਸ਼ਨ ਖਰਾਬ ਹੋ ਰਹੇ ਨੇ ਜੋ ਸਾਨੂੰ ਸਮੱਸਿਆ ਆ ਰਹੀ ਹੈ ਸਾਨੂੰ ਪਤਾ ਪਰਿਵਾਰਕ ਤੌਰ ਤੇ ਵੀ ਇਹਦੇ ਦੋਨੇ ਫੈਮਿਲੀ ਸਾਡੀ ਦੋਨਾਂ ਦੀ ਫੈਮਿਲੀ ਇਫੈਕਟ ਕਰਦੀ ਹੈ ਬਹੁਤ ਜ਼ਿਆਦਾ ਦੋਨੋਂ ਫੈਮਿਲੀ ਵਾਈ ਇਫੈਕਟ ਹੁੰਦੀ ਆ ਜੋ ਉੱਥੇ ਪਰਸਨ ਸਾਡਾ ਸਪਾਊਸ ਰਹਿ ਰਿਹਾ ਉਹ ਇਕੱਲਾ ਇਫੈਕਟ ਹੋ ਰਿਹਾ ਮੈਂਟਲੀ ਸਭ ਕੁਝ ਡਿਪਰੈਸ਼ਨ 'ਚ ਜਾ ਰਿਹਾ
कह सकते हैं कि यह जो हालात समझे जाते हैं, पर मेला मूला नहीं पाइया तुम उत्थे कोई, क्योंकि उत्थे की सरकार का काफी रिप्लाई कहते कर लिया। सब कुछ करके देख लिया जी, असी मेल भी करके देख ली है, जो भी साढ़े तो हुंदा होया, जो भी कुछ भी नहीं आ रहे। कह सकते हैं कि देखो ये जे हालात बड़े बनते दुख लगता, कुड़ी रो पी सी, खैर गल करती करती कहती क्योंकि ये सारे जड़े ने कि स्पाउस वीजे वाले ने, ते तुसी देखो इन्हां दे, हालांकि उधर स्टूडेंट्स ने आपकी गल लिख के पोस्टर लिखे से, पर इन्हां दे तुसी देखो परिवारक रिश्ते भी ये कित कित इफेक्ट होंदे हुए नज़र आते हैं। फैमिली बिलोंग्स टूगैदर स्पाउस वीजा 2020 ये कहें कि आखिरकार जो कोविड की रिस्ट्रिक्शन है तो जो पहले वाले केस ने गे आखिर उन्होंने कल्याते क्यों ने, इस बार वाले तो क्यों नहीं है। तो यही चीज़ एक देखने मिलती है कि सारे लोग यह जिले जिन्हें है ने परिवार वाले ने फिर पोस्टर बड़ा जो कही थोड़े भावुक जहा बनाया हुआ है कि कितना कित फैमिली है जी पूरी कितने डिस्टर्ब हो रही है। हाँ जी सत श्री अकाल सर। सर हाँ जी ये मेरा मतलब बच्चा है उत्थे मेरा वाइफ के नाल कल्ले टेकर कर रहे ने मेरे कल्ले है इस टाइम के उत्ते कल्ले ही बेबी हैंडल कर रहे हैं। उदा बेबी होने तो पहला मैं डिलीवरी तो पहला दी फाइल लग गई हुई है, कोविड के करके कोई डिसीजन नहीं दे रहे अजे तक, उदा दी उदा ही 2020 फरवरी की मेरी फाइल लगी हुई है अजे तक कोई डिसीजन नहीं आया, पेंडिंग चली जाता है। हो सकता कोरोना करके कई रिस्ट्रिक्शन लगिया हुई ने सारिया अलग अलग सरकार के अलग अलग फैसले ने भी वो करके शायद थोड़ा डिले हो रहा है। हाँ जी बिल्कुल मैं मानता है पाबंदियां लगिया हुई ने, पर जो इन्ना इन्ना टाइम वो चलिया है हूँ साढ़ा जो वेखो केस किमें का है केस टू केस तो वेखना चाहिए ना सुन उन्होंने। हाँ जी ये केस देख लो उन्होंने एमरजेंसी के केस आ सर बहुत दिक्कत हो रही है इदा ना फिर नहीं सर बिल्कुल नहीं बिल्कुल नहीं अजे तक कोई रिवर्ट नहीं आया सर, कोशिश बहुत की थी आ, पर अजे तक कोई रिवर्ट नहीं आया, बहुत कुछ करके वेख लिया। बिल्कुल तुसी देखो कि परिवार यह सीधे तौर पर डिस्टर्ब हो रहे हैं। कुछ दिन पहले असी जिहड़ी तस्वीर देखी सी वो स्टूडेंटां दी सी, स्टूडेंट कहिंदे सीगे कि साढ़े जिहड़े ने कि पहला उन्हां दा कॉलेजां दा खैर मसला उलझा होया सी, पर यह सीधे तौर पर कहिंदे कि आखिर ये तुसी देखो हालांकि क्योंकि कोविड नू लैके ये भी सीरीयस ने दूर दूर होकर सारे लोग खड़े ने गे, पर परिवारों के जो कही कि गल आ तो उस फैमलियाँ भी परिवारों पर भी यह असर पैदा हुआ नज़र आता कि आखिर लोग ने इकट्ठे नहीं रह पा रहे। जिमें वीर ने दसिया कुड़ी पहला रोन लग गई, दूजे गल करिए यही दसदा दसदा वो भी भावुक हो रहा थी कि तो बच्चा कला उत्थे आ परिवार इस बार लगता कि कल स्टूडेंट वाली गल नहीं हैगी भी जे पिछली दिन कुछ आए थे स्टूडेंट कहते थे पैसे फस गए 15-15 लाख, पर उन्हें लगता भी परिवार ही दो ते लगे पे ने। हाँ जी बाई जी साड़ी तो घरवाली भी डिप्रैशन चा सानू जद साल तो उपर हो गया वेट करद सा कोई पैसे वाला रौला भी नहीं है, अभी तो जस्ट अपनी फैमिली ना कट्ठे होना चाहते हैं, साड़ी इमोशनल भावनावां जुड़ियां हुई साढ़े कदम कॉन्टैक्ट कर क्योंकि ये तो दस देंगे हमने भी की जेन्यून तौर पर समस्या आ रही है। ये भाई ये सिर्फ अंबैसी पैसे आलू हुई है स्टूडेंटा वीजे दे रहे पर साड़ी फाइल तो कोई काम नहीं कर रहा, जबकि सानू भी प्योरिटी देनी चाहिए क्योंकि साड़ी भी वाइफ उत्थे आ, जे असी एलीजिबल अप्लाई करने लई असी अप्लाई कर चुके हैं, असी फुलफिल कीतिया सारिया रिक्वायरमेंट अपनिया, पर हुण साड़ी फाइल तो कोई काम ही नहीं कर रहे, सुनवाई नहीं कर रहे। परिवारों के तुसी हालात देखो इधर दफ्तर ये अंदर है दफ्तर खैर कनेडा अंबैसी का जोड़ा बनया हुआ आपकी गुहार लैके पहुँचे ने, कुछ पुलिस मुलाजम भी आए हैं गए खैर क्योंकि वो एक पूरी जो देखा जाए इस सिस्टम होंगे किमें प्रोटेस्ट करना की होगा खैर वो गलियां रही बाद दियाँ, पर उसे देखा जाए परिवारों को लैके जो माहौल देखने को मिल रहा है वो कहा जा सकता कि लोगों के वास्ते बड़ी परेशानी अज खड़ी आ खड़ी हुई है, तो कितना कित हूँ अंबैसी कोई राह दी है या नहीं। तो यही चीज़ कितने कितने दस देने कि जोड़े पुराने साढ़े लगे हुए ने केस वो जोड़ा उन्होंने पेंडिंग छड़ा जा रहा, बल्कि जोड़े नवे केस ने पुटअप हो रहे हैं। खैर मसला देखना होगा क्योंकि खैर यह सरकार अंबैसियों के मसले ने असी इन के जिले जोड़े बलबले ने तो सामने रखे ने कि आखिरकार निराशा कितने हो जाती है, तो यह जोड़ा पूरा सिस्टम जो उलझदा कोविड करके एक इफेक्ट भी हैगा तो दूजे पास हूँ अंबैसी यदा मसले का कोई हल क्ढू वो देखना हो भविख के, पर लोग हुण देखा जाए अंबैसियों के अगे आके प्रोटेस्ट करना शुरू कर चुके हैं गे, कुछ दिन पहला स्टूडेंटा ने कराया खैर मसले का हल हो जाए यही उम्मीद रखा कि अगे हुंदा वो तुहानू जरूर असी अपडेट करांगे, पर खबर ये उन्होंने जिहड़े कनेडा जा रहे हैं स्पाउस वीजे वाले की समस्या है, तो लोग ने जिहड़े इकट्ठे होकर अज चंडीगढ़ पहुँचे ने। वीडियो जर्नलिस्ट आनंद सुमित सिंह डेली पोस्ट पंजाबी चंडीगढ़।